एक कुलदीप सिंह सीगा जिहदा पिंड कोटली सरू खां तरन तरन जिले का पिंड सीगा ते इत्थे अमृतसर केंद्रीय सहकारी बैंक का मुलाजम सी। इत्थों उहनूं पुलिस पार्टी चक्के लै गई। 4 जुलाई 1992 तक ਉਹ ਕਈਆਂ ਨੇ ਦੇਖਿਆ ਵੀ ਉਹ ਤਰਨ ਤਰਨ ਅੱਡ ਅੱਡ ਥਾਵਾਂ ਦੇ ਉੱਤੇ ਉਹਨੂੰ ਤਸੀਹੇ ਦਿੱਤੇ ਜਾ ਰਹੇ ਨੇ। ਕਈ ਗਵਾਹ ਜਿਹੜੇ ਸੀ ਇਸ ਗੱਲ ਦੇ ਸੀਗੇ। ਪਤਾ ਨਹੀਂ ਉਹ ਕਿੱਥੇ ਚਲਾ ਗਿਆ, ਕੀ ਉਹਦੀ ਲਾਸ਼ ਨਾਲ ਕੀਤਾ, ਇਹ ਸਾਰੀ ਜਿਹੜੀ ਗੱਲ ਸੀ ਇਹਦੇ ਖਿਲਾਫ ਪਰਿਵਾਰ ਨੇ ਫਿਰ ਲੰਬੀ ਚੌੜੀ ਲੜਾਈ ਲੜੀ। ਅੱਜ ਉਸ ਕੁਲਦੀਪ ਸਿੰਘ ਦੇ ਬੇਟੇ ਵੀ ਜਵਾਨ ਹੋ ਚੁੱਕੇ ਹੈ ਤੇ ਅੱਜ 30 ਸਾਲ ਬਾਅਦ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਜਿਹੜੀ ਸਜ਼ਾ ਸੁਣਾਈ ਆ, ਇੱਕ ਥਾਣੇਦਾਰ ਨੂੰ 5 ਸਾਲ ਕਰਤੀ ਤੇ ਜਿਹੜਾ ਸੂਬਾ ਸਰਹੰਦ ਆ ਇਹਨੂੰ ਸਿਰਫ 3 ਸਾਲ ਸਜ਼ਾ ਸੁਣਾਈ ਹੈ। ਇਹ ਵੀ ਚੇਤੇ ਰੱਖਣ ਦੀ ਲੋੜ ਆ ਕਿ ਇਸ ਸੂਬਾ ਸਰਹੰਦ ਨੂੰ ਇਹਦੇ ਤੋਂ ਬਿਨਾਂ ਹੋਰ ਕਈ ਮੁਕੱਦਮਿਆਂ ਦੇ ਵਿੱਚ ਵੀ ਸਜ਼ਾ ਜਿਹੜੀ ਆ ਪਹਿਲਾਂ ਹੋ ਚੁੱਕੀ ਆ। ਇਹ ਕਹਿੰਦਾ ਵੀ ਜਿਵੇਂ ਮੈਂ ਉਦੋਂ ਬੰਦੇ ਮਾਰੇ ਆ ਤੇ ਉਹਨਾਂ ਚੋਂ ਤਾਂ ਮਸਾਂ 2 ਜਾਂ 4 ਜਾਂ 10 ਕੇਸਾਂ ਚੋਂ ਸਜ਼ਾ ਹੋਈ ਹੋਣੀ ਹੋਣੀ ਆ ਮੈਨੂੰ। ਇੰਨਾ ਬੁੜਾ ਹੋ ਗਿਆ ਪਰ ਜਦੋਂ ਪਿੱਛੇ ਜੇ ਇੱਕ ਮਾਮਲੇ ਦੇ ਵਿੱਚ ਇਹਨੂੰ ਸਜ਼ਾ ਹੋਈ ਤਾਂ ਪ੍ਰੈਸ ਵਾਲੇ ਉੱਥੇ ਇਹਦੀ ਫੋਟੋ ਖਿੱਚਣ ਲੱਗੇ ਤਾਂ ਪੂਰਾ ਆਕੜ ਕੇ ਖੜ ਗਿਆ ਕਿ ਲਾਓ ਮੇਰੀ ਫੋਟੋ ਕਰੋ ਤੇ ਅਵਾ ਤਵਾ ਕਾਫੀ ਬੋਲਿਆ ਉੱਥੇ ਉਸ ਟਾਈਮ। ਜਿਹੜੇ ਕੁਲਦੀਪ ਸਿੰਘ ਦੇ ਬੇਟੇ ਨੇ ਸੰਦੀਪ ਸਿੰਘ ਤੇ ਪ੍ਰਭਦੀਪ ਸਿੰਘ, ਉਹਨਾਂ ਨੂੰ ਇਸ ਗੱਲ ਦੀ ਤਾਂ ਤਸੱਲੀ ਹੈ ਵੀ ਘੱਟੋ ਘੱਟ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਮੰਨ ਲਿਆ, ਪਰ ਇਸ ਗੱਲ ਦਾ ਇਤਰਾਜ਼ ਹੈ ਕਿ ਸਜ਼ਾ ਜਿਹੜੀ ਆ ਉਹ ਜਾਇਜ਼ ਨਹੀਂ ਸੁਣਾਈ ਗਈ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕੁਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪੰਜਾਬ ਦੀ ਧਰਤੀ ਉੱਤੇ ਜਿਸ ਤਰੀਕੇ ਨਾਲ ਸਿੱਖ ਸੰਘਰਸ਼ ਨੂੰ ਦਬਾਉਣ ਦੇ ਨਾਂ ਤੇ, ਖਾੜਕੂਵਾਦ ਦੇ ਖਾਤਮੇ ਦੇ ਨਾਂ ਤੇ ਭਾਰਤੀ ਹਕੂਮਤ ਜ਼ੁਲਮ ਕੀਤਾ ਤੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਖੁੱਲ੍ਹ ਦਿੱਤੀ ਕਿ ਜਿਹਦਾ ਜੀ ਕਰਦਾ ਜਿੰਨੇ ਮਰਜ਼ੀ ਬੰਦੇ ਮਾਰੋ ਤੇ ਜਿੰਨੇ ਵੱਧ ਬੰਦੇ ਮਾਰੋਗੇ ਓਨੀਆਂ ਤਰੱਕੀਆਂ ਮਿਲਣਗੀਆਂ। ਉਸ ਕਤਲੇਆਮ ਦੇ ਵਿੱਚ ਬਹੁਤ ਸਾਰੇ ਪੁਲਿਸੀਏ ਬੜੇ ਬਦਨਾਮ ਹੋਏ ਤੇ ਕਈਆਂ ਦੇ ਨਾਂ ਵੀ ਬੜੇ ਪੁੱਠੇ ਸਿੱਧੇ ਉਹਨਾਂ ਦਿਨਾਂ ਵਿੱਚ ਪ੍ਰਚਲਿਤ ਹੋਏ। ਇੱਕ ਨਾਂ ਹੈਗਾ ਸੂਬਾ ਸਰਹੰਦ, ਨਾਂ ਤਾਂ ਘਰਦਿਆਂ ਨੇ ਉਹਦਾ ਸੂਬਾ ਸਿੰਘ ਰੱਖਿਆ ਸੀਗਾ, ਪਰ ਸਿੱਖ ਇਤਿਹਾਸ ਵਿੱਚ ਕਲਗੀਧਰ ਸ਼ਹਿਨਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਕਾਤਲ ਆ ਸੂਬਾ ਸਰਹੰਦ, ਉਹਦੀ ਕਰਕੇ ਇਸ ਮੁੱਚੜ ਪੁਲਸੀਏ ਨੂੰ ਉਹ ਨਾਂ ਬੜਾ ਚੰਗਾ ਲੱਗਿਆ ਤੇ ਉਹ ਆਪਦੇ ਆਪ ਨੂੰ ਸੂਬਾ ਸਰਹੰਦ ਹੀ ਜਿਹੜਾ ਹੈਗਾ ਅਖਵਾ ਕੇ ਖੁਸ਼ ਹੁੰਦਾ। ਬਿਲਕੁਲ ਇਸ ਵੇਲੇ ਉਮਰ ਭਾਵੇਂ ਵੱਡੀ ਹੋ ਚੁੱਕੀ ਆ ਉਹਦੀ, ਕਾਫੀ ਬੁੜਾ ਹੈ, ਪਰ ਉਹਨੂੰ ਇਸ ਗੱਲ ਦਾ ਬੜਾ ਫਖਰ ਆ ਵੀ ਮੈਂ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਤਸੀਹੇ ਦੇ ਕੇ ਉਹਨਾਂ ਦਿਨਾਂ ਦੇ ਵਿੱਚ ਕਤਲ ਕਰਦਾ ਰਿਹਾ। ਤੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੀ ਧਰਤੀ ਉੱਤੇ ਇਸ ਸੂਬਾ ਸਿੰਘ ਨਾਂ ਦੇ, ਜਿਹਨੂੰ ਸੂਬਾ ਸਰਹੰਦ ਕਹਿੰਦੇ ਆ, ਇਹਨੇ ਇੰਨੀ ਵੱਡੀ ਪੱਧਰ ਦੇ ਉੱਤੇ ਨੌਜਵਾਨ ਕਤਲ ਕੀਤੇ ਆ ਵੀ ਹੁਣ ਬਾਅਦ ਵਿੱਚ ਲੋਕਾਂ ਨੇ ਜਦੋਂ ਅਦਾਲਤਾਂ ਦੇ ਵਿੱਚ ਲੜਾਈ ਲੜੀ ਤਾਂ ਇਸ ਬੁੱਚੜ ਪੁਲਸੀਏ ਸਮੇਤ ਹੋਰ ਕਈਆਂ ਨੂੰ ਵੀ ਅਦਾਲਤਾਂ ਨੂੰ ਸਜ਼ਾਵਾਂ ਸੁਣਾਉਣੀਆਂ ਪਈਆਂ। ਭਾਵੇਂ ਕਿ ਭਾਰਤ ਦਾ ਅਦਾਲਤੀ ਸਿਸਟਮ ਜਿਹੜਾ ਹੈ ਉਹਦਾ ਹਾਲ ਇਹ ਆ ਕਿ 30-35 ਸਾਲ ਲੱਗ ਗਏ ਤੇ ਜਿਹੜੇ ਗਵਾਹ ਸੀ ਉਹ ਵੀ ਕਈ ਜਿਹੜੇ ਸੀਗੇ ਚੜ੍ਹਾਈ ਕਰ ਗਏ, ਕਈ ਜਿਹੜੇ ਇਨਸਾਫ਼ ਮੰਗਦੇ ਮਾਪੇ ਸੀ ਜਾਂ ਪਰਿਵਾਰ ਦੇ ਮੈਂਬਰ ਸੀ ਉਹ ਵੀ ਨਹੀਂ ਰਹੇ। ਪਰ ਫਿਰ ਵੀ ਅਸੀਂ ਕਦੇ ਕਦੇ ਇਸ ਗੱਲ ਦੇ ਉੱਤੇ ਹੈਰਾਨ ਹੋ ਜਾਂਦੇ ਹਾਂ ਕਿ ਸ਼ੁਕਰ ਆ ਫਿਰ ਵੀ ਸਜ਼ਾ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਪਾਪੀਆਂ ਨੂੰ ਮਿਲ ਰਹੀ ਆ। ਜਦੋਂ ਆਪਾਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਲਿਖੀ ਸੀ ਉਹਦੇ ਵਿੱਚ ਇੱਕ ਆਪਾਂ ਲਿਸਟ ਬਹੁਤ ਲੰਬੀ ਚੌੜੀ ਉਹਨਾਂ ਪੁਲਸੀਆਂ ਦੀ ਛਾਪੀ ਸੀ ਜਿਨ੍ਹਾਂ ਨੂੰ ਭਾਰਤ ਦੇ ਸਿਸਟਮ ਨੇ ਦੋਸ਼ੀ ਮੰਨ ਕੇ ਸਜ਼ਾਵਾਂ ਸੁਣਾਈਆਂ, ਜਿਨ੍ਹਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਲਾਇਆ ਗਿਆ ਕਿ ਇਹਨਾਂ ਨੇ ਤਾਂ ਇਹ ਅਹੁਦੇ ਸਿੱਖਾਂ ਦਾ ਕਤਲੇਆਮ ਕਰਕੇ ਲਏ ਨੇ। ਖੈਰ ਜਿਹੜੀ ਰਾਮ ਨਰੈਣ ਕੁਮਾਰ ਦੀ ਕਿਤਾਬ ਆ ਟੈਰਰ ਇਨ ਪੰਜਾਬ, ਉਹਦੇ ਵਿੱਚ ਤਾਂ ਸਾਫ਼ ਹੀ ਲਿਖਿਆ ਹੋਇਆ ਬਈ ਉਹਨਾਂ ਦਿਨਾਂ ਦੇ ਵਿੱਚ KPS ਗਿੱਲ ਕੋਲੇ ਹਰ ਹਫ਼ਤੇ SSP ਜਿਹੜੇ ਸੀ ਉਹ ਇਕੱਠੇ ਹੁੰਦੇ ਸੀ ਤੇ ਹਰੇਕ SSP ਨੂੰ ਉੱਥੇ ਦੱਸਣਾ ਪੈਂਦਾ ਸੀ ਕਿ ਮੇਰੇ ਇਲਾਕੇ ਦੇ ਵਿੱਚ, ਮੇਰੇ ਪੁਲਿਸ ਜ਼ਿਲ੍ਹੇ ਦੇ ਵਿੱਚ 22 ਸਿੱਖ ਨੌਜਵਾਨ ਮਾਰੇ ਇਸ ਹਫ਼ਤੇ 'ਚ, ਦੂਜਾ ਕਹਿੰਦਾ ਸੀ ਸਾਡੇ 24 ਮਾਰੇ, ਤੀਜਾ 30 ਦੱਸਦਾ ਸੀ, ਕੋਈ 70 ਦੱਸਦਾ ਸੀ।
ਜਿਹਦੇ ਆਪਦੇ ਇਲਾਕੇ 'ਚ ਸਭ ਤੋਂ ਵੱਧ ਨੌਜਵਾਨਾਂ ਦਾ ਕਤਲੇਆਮ ਕੀਤਾ ਹੁੰਦਾ ਸੀ, ਉਹਨੂੰ ਸਭ ਤੋਂ ਉਸ ਦਿਨ ਦਾ ਰਾਂਝਾ ਮੰਨਿਆ ਜਾਂਦਾ ਸੀ ਵੀ ਇਹ ਬੜਾ ਵਧੀਆ ਬੰਦਾ ਜਿਹਨੇ ਇੰਨਾ ਕਤਲੇਆਮ ਆਪਦੇ ਇਲਾਕੇ 'ਚ ਕੀਤਾ ਕਰਵਾਇਆ। ਪਰ ਉਹਨਾਂ ਬੁੱਚੜ ਪੁਲਸੀਆਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਜਿਹੜੇ ਪਾਪ ਕਰ ਰਹੇ ਆ, ਇਹਨਾਂ ਪਾਪਾਂ ਦੀ ਕਿਤੇ ਸਜ਼ਾ ਵੀ ਭੁਗਤਣੀ ਪੈਣੀ। ਸੋ ਸਜ਼ਾ ਜਿਹੜੀ ਆ ਉਹ ਅਦਾਲਤਾਂ ਦੇ ਵਿੱਚ ਜਿਹੜੇ ਬਚ ਗਏ ਉਹ ਦੂਜੇ ਲੋਟ ਭੁਗਤ ਰਹੇ ਨੇ। ਬਹੁਤ ਸਾਰੇ ਬੁੱਚੜ ਪੁਲਸੀਏ ਜਿਹੜੇ ਇਸ ਮੌਕੇ ਬਹੁਤ ਖਤਰਨਾਕ ਮਾਰੂ ਰੋਗਾਂ ਦਾ ਸ਼ਿਕਾਰ ਆ। ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਇੱਕ ਮੱਖਣ ਜਲਾਦ ਹੁੰਦਾ ਸੀ, ਜਲਾਦ ਜਿਹਦਾ ਨਾਂ ਆ ਉਹ ਕਿੰਨਾ ਵੱਡਾ ਖਤਰਨਾਕ ਦਰਿੰਦਾ ਹੋਊਗਾ, ਕਿੰਨਾ ਉਹ ਵਹਿਸ਼ੀ ਹੋਊਗਾ। ਪਰ ਜਦੋਂ ਉਹ ਮਰਨ ਲੱਗਿਆ ਤਾਂ ਉਹ ਉਸ ਮੌਕੇ ਉਹਦੀ ਜਾਨ ਨਾ ਨਿਕਲੇ ਤੇ ਉਹ ਸੁਨੇਹੇ ਲਾਵੇ ਆਪਦੇ ਜਿਹੜੇ ਉਹਨੂੰ ਸੰਭਾਲਦੇ ਸੀਗੇ ਬਈ ਫਲਾਨੇ ਪਿੰਡ ਦੇ ਵਿੱਚ ਫਲਾਨੇ ਪਿੰਡ ਦੇ ਸਿੰਘ ਨੂੰ ਮੈਂ ਕਤਲ ਕੀਤਾ ਸੀਗਾ, ਉਹਦੇ ਘਰਦਿਆਂ ਨੂੰ ਲਿਆਓ, ਮੈਂ ਮਾਫ਼ੀ ਮੰਗਣੀ ਹੈ। ਫਲਾਨੇ ਪਿੰਡ ਦੇ ਫਲਾਨੇ ਬੰਦੇ ਨੂੰ ਮੈਂ ਮਾਰਿਆ ਸੀ, ਬੇਦੋਸ਼ੇ ਨੂੰ ਕਤਲ ਕੀਤਾ ਸੀ, ਉਹਦੇ ਘਰਦਿਆਂ ਨੂੰ ਲਾਓ, ਮੇਰੀ ਜਾਨ ਨਹੀਂ ਨਿਕਲਦੀ। ਇਵੇਂ ਹੀ ਜਿਹੜੀ ਕੰਵਰ ਸਿੰਘ ਧਾਮੀ ਨੇ ਇੱਕ ਜੇਲ੍ਹ ਚਿੱਠੀਆਂ ਕਿਤਾਬ ਲਿਖੀ ਆ, ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਜ਼ਾਲਮ ਪੁਲਸੀਆਂ ਦਾ ਜ਼ਿਕਰ ਕੀਤਾ, ਜਿਹਨਾਂ ਵਿੱਚੋਂ ਇੱਕ ਚਮਕੌਰ ਰੋਪੜ ਜਿਹੜਾ CIA ਸਟਾਫ ਆ ਉਹਦਾ ਜਿਹੜਾ ਇੰਚਾਰਜ ਸੀਗਾ ਉਹ ਤਾਂ ਪਾਗਲ ਹੀ ਹੋ ਗਿਆ ਸੀਗਾ, ਕਿਉਂਕਿ ਉਹਨੇ ਬਹੁਤ ਜ਼ੁਲਮ ਕੀਤੇ ਸੀ। ਅਖੀਰ ਉਹ ਕਹਿੰਦਾ ਹੁੰਦਾ ਸੀਗਾ ਬਈ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੇਰੀ ਛਾਤੀ ਉੱਤੇ ਆ ਕੇ ਕੋਈ ਬਹਿ ਜਾਂਦਾ। ਸੋ ਮਾਨਸਿਕ ਤੌਰ ਦੇ ਉੱਤੇ ਇਹ ਲੋਕ ਜਿਹੜੇ ਆ ਬਹੁਤ ਕਸ਼ਟ ਭੋਗ ਰਹੇ ਇਹਨਾਂ ਪਾਪੀਆਂ ਤੇ ਜ਼ਾਲਮਾਂ ਦੇ ਵਿੱਚੋਂ। ਹਰ ਇਲਾਕੇ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਉਹਨਾਂ ਦਿਨਾਂ ਵਿੱਚ ਦਹਿਸ਼ਤ ਹੁੰਦੀ ਸੀ, ਟੈਰਰ ਹੁੰਦੇ ਸੀ, ਅੱਜ ਉਹਨਾਂ ਦਾ ਹਾਲ ਇੰਨਾ ਮਾੜਾ ਕਿ ਦੁਨੀਆ ਗੱਲਾਂ ਕਰਦੀ ਆ ਕਿ ਪਹਿਲਾਂ ਇਹਨਾਂ ਨੂੰ ਸਿੱਖਾਂ ਦਾ ਕਤਲੇਆਮ ਕਰਨ ਲਈ ਵਰਤਿਆ ਸਿਸਟਮ ਨੇ, ਤੇ ਹੁਣ ਇਹਨਾਂ ਨੂੰ ਅਦਾਲਤਾਂ ਦੇ ਵਿੱਚ ਜਦੋਂ ਸਜ਼ਾਵਾਂ ਮਿਲ ਰਹੀਆਂ ਨੇ ਤਾਂ ਇਹ ਆਪਦੇ ਕੀਤੇ ਦੀ ਸਜ਼ਾ ਵੀ ਪਾ ਰਹੇ ਨੇ। ਇਹਨਾਂ ਨੂੰ ਵਰਤਿਆ ਵੀ ਤੇ ਇਹਨਾਂ ਨੂੰ ਸਜ਼ਾਵਾਂ ਵੀ ਕਰਤੀਆਂ। ਸੋ ਅੱਜ ਜਿਸ ਮਾਮਲੇ ਦੀ ਆਪਾਂ ਗੱਲ ਕਰਨ ਲੱਗੇ ਆ ਉਹ ਇਹ ਆ ਵੀ ਇੱਥੋਂ ਅੰਮ੍ਰਿਤਸਰ ਤੋਂ 1992 ਦੇ ਜੂਨ ਮਹੀਨੇ ਦੇ ਵਿੱਚ ਪੁਲਿਸ ਪਾਰਟੀ ਨੇ ਰੇਡ ਕੀਤੀ ਸੀ CIA ਸਟਾਫ ਤਰਨ ਤਰਨ ਤੋਂ, ਥਾਣੇਦਾਰ ਗੁਰਦੇਵ ਸਿੰਘ ਦੀ ਕਮਾਂਡ ਹੇਠ ਇੱਥੋਂ 10-15 ਨੂੰ ਸਿੱਖ ਨੌਜਵਾਨਾਂ ਨੂੰ ਚੱਕ ਕੇ ਲੈ ਗਏ, ਕੁਛ ਸਰਕੂਲਰ ਰੋਡ ਦੇ ਉੱਤੋਂ ਅੰਮ੍ਰਿਤਸਰੋਂ ਬੰਦੇ ਚੱਕੇ, ਕੁਛ ਲਾਰੈਂਸ ਰੋਡ ਅੰਮ੍ਰਿਤਸਰ ਤੋਂ ਚੱਕੇ। ਇਹਨਾਂ ਵਿੱਚ ਬਾਕੀ ਜਿਹੜੇ ਨੌਜਵਾਨ ਸੀਗੇ ਕਿਸੇ ਨੂੰ 2 ਦਿਨ ਬਾਅਦ, ਕਿਸੇ ਨੂੰ 4 ਦਿਨ ਬਾਅਦ ਉੱਥੋਂ ਮੁਕਤੀ ਮਿਲ ਗਈ, ਰਿਹਾਈ ਮਿਲ ਗਈ, ਕੋਈ ਮਗਰ ਸਿਫਾਰਿਸ਼ ਲੱਗ ਗਈ ਜਾਂ ਘਰਦਿਆਂ ਨੇ ਪੈਸੇ ਪੂਸੇ ਚੜ੍ਹਾ ਤੇ। ਪਰ ਇੱਕ ਕੁਲਦੀਪ ਸਿੰਘ ਸੀਗਾ ਜਿਹਦਾ ਪਿੰਡ ਕੋਟਲੀ ਸਰੂ ਖਾਂ ਤਰਨ ਤਰਨ ਜ਼ਿਲ੍ਹੇ ਦਾ ਪਿੰਡ ਸੀਗਾ ਤੇ ਇੱਥੇ ਅੰਮ੍ਰਿਤਸਰ ਉਹ ਕੇਂਦਰੀ ਸਹਿਕਾਰੀ ਬੈਂਕ ਦਾ ਮੁਲਾਜ਼ਮ ਸੀ। ਇੱਥੋਂ ਉਹਨੂੰ ਪੁਲਿਸ ਪਾਰਟੀ ਚੱਕ ਕੇ ਲੈ ਗਈ ਤੇ ਇਸ ਮਾਮਲੇ ਵਿੱਚ ਉਹਨੂੰ ਫਿਰ ਛੱਡਿਆ ਨਹੀਂ ਗਿਆ ਕਦੇ। 4 ਜੁਲਾਈ 1992 ਤੱਕ ਉਹ ਕਈਆਂ ਨੇ ਦੇਖਿਆ ਵੀ ਉਹ ਤਰਨ ਤਰਨ ਅੱਡ ਅੱਡ ਥਾਵਾਂ ਦੇ ਉੱਤੇ ਉਹਨੂੰ ਤਸੀਹੇ ਦਿੱਤੇ ਜਾ ਰਹੇ ਨੇ, ਕਈ ਗਵਾਹ ਜਿਹੜੇ ਸੀ ਇਸ ਗੱਲ ਦੇ ਸੀਗੇ, ਪਰ ਬਾਅਦ ਵਿੱਚ ਉਹ ਗਾਇਬ ਕਰ ਦਿੱਤਾ ਗਿਆ। ਪਤਾ ਨੀ ਉਹ ਕਿੱਥੇ ਚਲਾ ਗਿਆ, ਕੀ ਉਹਦੀ ਲਾਸ਼ ਨਾਲ ਕੀਤਾ, ਇਹ ਸਾਰੀ ਜਿਹੜੀ ਗੱਲ ਸੀ ਇਹਦੇ ਖਿਲਾਫ ਪਰਿਵਾਰ ਨੇ ਫਿਰ ਲੰਬੀ ਚੌੜੀ ਲੜਾਈ ਲੜੀ। ਅੱਜ ਉਸ ਕੁਲਦੀਪ ਸਿੰਘ ਦੇ ਬੇਟੇ ਵੀ ਜਵਾਨ ਹੋ ਚੁੱਕੇ ਹੈ ਤੇ ਅੱਜ 30 ਸਾਲ ਬਾਅਦ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਜਿਹੜੀ ਸਜ਼ਾ ਸੁਣਾਈ ਆ ਉਹ ਹੈ ਤਾਂ ਭਾਵੇਂ ਥੋੜੀ ਥੋੜੀ ਹੋਈ, ਇੱਕ ਥਾਣੇਦਾਰ ਨੂੰ 5 ਸਾਲ ਕਰਤੀ ਤੇ ਜਿਹੜਾ ਸੂਬਾ ਸਰਹੰਦ ਆ ਇਹਨੂੰ ਸਿਰਫ 3 ਸਾਲ ਸਜ਼ਾ ਸੁਣਾਈ ਹੈ। ਇਹ ਵੀ ਚੇਤੇ ਰੱਖਣ ਦੀ ਲੋੜ ਆ ਕਿ ਇਸ ਸੂਬਾ ਸਰਹੰਦ ਨੂੰ ਇਹਦੇ ਤੋਂ ਬਿਨਾਂ ਹੋਰ ਕਈ ਮੁਕੱਦਮਿਆਂ ਦੇ ਵਿੱਚ ਵੀ ਸਜ਼ਾ ਜਿਹੜੀ ਆ ਪਹਿਲਾਂ ਹੋ ਚੁੱਕੀ ਆ ਤੇ ਇਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਹ ਕਹਿੰਦਾ ਵੀ ਜਿਵੇਂ ਮੈਂ ਉਦੋਂ ਬੰਦੇ ਮਾਰੇ ਆ ਤੇ ਉਹਨਾਂ ਚੋਂ ਤਾਂ ਮਸਾਂ 2 ਜਾਂ 4 ਜਾਂ 10 ਕੇਸਾਂ ਚੋਂ ਸਜ਼ਾ ਹੋਈ ਹੋਣੀ ਆ ਮੈਨੂੰ। ਸੋ ਇਹ ਬੜਾ ਵਿਗੜਿਆ ਹੋਇਆ, ਅੱਜ ਵੀ ਇੰਨਾ ਬੁੜਾ ਹੋ ਗਿਆ, ਪਰ ਜਦੋਂ ਪਿੱਛੇ ਜੇ ਇੱਕ ਮਾਮਲੇ ਦੇ ਵਿੱਚ ਇਹਨੂੰ ਸਜ਼ਾ ਹੋਈ ਤਾਂ ਪ੍ਰੈਸ ਵਾਲੇ ਉੱਥੇ ਇਹਦੀ ਫੋਟੋ ਖਿੱਚਣ ਲੱਗੇ ਤਾਂ ਪੂਰਾ ਆਕੜ ਕੇ ਖੜ ਗਿਆ ਕਿ ਲਾਓ ਮੇਰੀ ਫੋਟੋ ਕਰੋ, ਤੇ ਅਵਾ ਤਵਾ ਕਾਫੀ ਬੋਲਿਆ ਉੱਥੇ ਉਸ ਟਾਈਮ। ਤੋ ਇਹਦੇ ਨਾਲ ਇੱਕ ਥਾਣੇਦਾਰ ਝਰਮਲ ਸਿੰਘ ਸੀ ਜਿਹੜਾ ਉਹਨੂੰ 5 ਸਾਲ ਸਜ਼ਾ ਹੋਈ ਆ ਤੇ ਸੂਬਾ ਸਰਹੰਦ ਨੂੰ ਕੁਲਦੀਪ ਸਿੰਘ ਨੂੰ ਮਾਰਨ ਦੇ ਦੋਸ਼ ਵਿੱਚ, ਗਾਇਬ ਕਰਨ ਦੇ ਦੋਸ਼ ਵਿੱਚ 3 ਸਾਲ ਸਜ਼ਾ ਸੁਣਾਈ ਗਈ। ਘਰਦਿਆਂ ਨੂੰ ਜਿਹੜੇ ਕੁਲਦੀਪ ਸਿੰਘ ਦੇ ਬੇਟੇ ਨੇ ਸੰਦੀਪ ਸਿੰਘ ਤੇ ਪ੍ਰਭਦੀਪ ਸਿੰਘ,
ਉਹਨਾਂ ਨੂੰ ਇਸ ਗੱਲ ਦੀ ਤਾਂ ਤਸੱਲੀ ਹੈ ਵੀ ਘੱਟੋ ਘੱਟ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਮੰਨ ਲਿਆ, ਪਰ ਇਸ ਗੱਲ ਦਾ ਇਤਰਾਜ਼ ਹੈ ਕਿ ਸਜ਼ਾ ਜਿਹੜੀ ਆ ਉਹ ਜਾਇਜ਼ ਨਹੀਂ ਸੁਣਾਈ ਗਈ। ਸੋ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਅਦਾਲਤ ਦੇ ਇਸ ਫੈਸਲੇ ਨੂੰ ਉੱਪਰਲੀ ਅਦਾਲਤ ਵਿੱਚ ਹਾਈ ਕੋਰਟ ਦੇ ਵਿੱਚ ਚੈਲੰਜ ਕਰਨਗੇ, ਚੁਣੌਤੀ ਦੇਣਗੇ ਤੇ ਸਜ਼ਾ ਵਧਾਉਣ ਲਈ ਉੱਥੇ ਲੜਾਈ ਲੜਨਗੇ। ਇਹ ਉਹਨਾਂ ਦਾ ਹੱਕ ਵੀ ਬਣਦਾ ਹੈ। ਪਰ ਇਹ ਅਸੀਂ ਇੱਥੇ ਗੱਲ ਦੱਸਣੀ ਚਾਹੁੰਦੇ ਹਾਂ ਕਿ ਇਹ ਜਿਹੜਾ ਕੁਲਦੀਪ ਸਿੰਘ ਵਾਲਾ ਮਾਮਲਾ ਇਹ ਇੱਕ ਇੱਕ ਮਾਮਲਾ ਵਾ, ਇਹੋ ਜਿਹਾ ਬੇਅੰਤ ਸਿੱਖਾਂ ਦਾ ਉਹਨਾਂ ਦਿਨਾਂ ਦੇ ਵਿੱਚ ਇਸ ਤਰੀਕੇ ਨਾਲ ਕਾਂਡ ਕੀਤਾ ਗਿਆ, ਕਤਲੇਆਮ ਕੀਤਾ ਗਿਆ। ਅਸੀਂ ਆਪ ਖੁਦ ਇਹ ਸਾਰਾ ਕੁਛ ਪਿੰਡੇ ਤੇ ਹੰਡਾਇਆ। ਅੱਜ ਜਦੋਂ ਅਸੀਂ ਇਸ ਤਰੀਕੇ ਨਾਲ ਆਪਦੇ ਕੌਮ ਦੇ ਦਰਦ ਨੂੰ ਬਿਆਨ ਕਰਦੇ ਹਾਂ ਤਾਂ ਸਾਨੂੰ ਉਹ ਦਿਨ ਚੇਤੇ ਆਉਂਦੇ ਆ ਜਦੋਂ ਇੰਨੀ ਬੁਰੀ ਹਾਲਤ ਕਰ ਦਿੱਤੀ ਗਈ ਸਿੱਖ ਕੌਮ ਦੀ ਕਿ ਹਰੇਕ ਮਾਪਾ ਜਿਹੜਾ ਸੀ ਉਹ ਡਰਿਆ ਹੋਇਆ ਸੀ, ਦਹਿਸ਼ਤ ਪਾ ਦਿੱਤੀ ਗਈ। KPS ਗਿੱਲ ਦੀ ਕਮਾਂਡ ਹੇਠ ਹਰ ਇਲਾਕੇ ਦੇ ਵਿੱਚ ਇਹੋ ਜਿਹੇ ਕੁਐਟ ਟੋਲੇ ਸਰਗਰਮ ਕੀਤੇ ਗਏ ਜਿਹੜੇ ਸਿੱਖ ਜੁਝਾਰੂਆਂ ਦੇ ਭੇਸ ਵਿੱਚ ਨਾਲੇ ਤਾਂ ਪੁੱਠੀਆਂ ਸਿੱਧੀਆਂ ਵਾਰਦਾਤਾਂ ਕਰਦੇ ਹੁੰਦੇ ਸੀ ਤਾਂ ਕਿ ਲੋਕ ਜਿਹੜੇ ਆ ਉਹ ਜੁਝਾਰੂਆਂ ਦੇ ਖਿਲਾਫ ਹੋ ਜਾਣ, ਤੇ ਨਾਲੇ ਉਹਨਾਂ ਕੋਲੇ ਲਿਸਟਾਂ ਹੁੰਦੀਆਂ ਸੀ ਕਿ ਇਹਨਾਂ ਨੌਜਵਾਨਾਂ ਦਾ ਕਤਲ ਕਰਨਾ, ਤੇ ਅਖਬਾਰ ਤੇ ਖਬਰ ਇਹ ਛਪਦੀ ਹੁੰਦੀ ਸੀ ਕਿ ਜੀ ਭਰਾ ਮਾਰੂ ਜੰਗ ਦੇ ਵਿੱਚ, ਜਾਂ ਕਹਿਣਾ ਕਿ ਖਾੜਕੂ ਮਾਰ ਗਏ। ਤੇ ਲੋਕਾਂ ਨੂੰ ਸਮਝ ਨਹੀਂ ਸੀ ਲੱਗਦੀ ਵੀ ਇਹ ਕਤਲ ਕਿਉਂ ਹੋਇਆ, ਪਰ ਅੱਜ ਜਦੋਂ ਮਾਹੌਲ ਦੇ ਵਿੱਚ ਬਦਲਾਅ ਆਇਆ ਤਾਂ ਸਮਝ ਲੱਗਦੀ ਆ ਕਿ ਉਹਨਾਂ ਦਿਨਾਂ ਦੇ ਵਿੱਚ ਕਿਵੇਂ ਕੈਟ ਟੋਲਿਆਂ ਨੇ ਕੀ ਕੁਛ ਕੀਤਾ। ਹਾਲਾਂਕਿ ਸਿੱਖਾਂ ਦਾ ਹੀ ਸਭ ਤੋਂ ਵੱਡਾ ਕਹਾਣ ਹੋਇਆ, ਪਰ ਹਿੰਦੂ ਕੱਟੜ ਪੰਥੀ ਇੱਥੇ ਇਹੀ ਰੰਡੀ ਰੋਣਾ ਰੋਂਦੇ ਰਹਿੰਦੇ ਆ ਕਿ ਜੀ ਸਾਡੇ ਬਹੁਤ ਵੱਡੀ ਗਿਣਤੀ 'ਚ ਹਿੰਦੂਆਂ ਦਾ ਕਤਲੇਆਮ ਹੋ ਗਿਆ ਜੀ, ਸਾਡੇ ਜੀ ਹਿੰਦੂ ਮਾਰਤੇ, ਸਾਡਾ ਆਹ ਕਰਤਾ ਉਹ ਕਰਤਾ। ਹਾਲਾਂਕਿ ਸਭ ਜਾਣਦੇ ਆ ਵੀ ਉਹ ਮਾਰਦਾਤਾ ਤਾਂ ਕੈਟਾਂ ਟੋਟਾਂ ਨੇ ਜਾਂ ਪੁਲਿਸ ਅਧਿਕਾਰੀਆਂ ਨੇ ਖਾੜਕੂ ਲਹਿਰ ਨੂੰ ਬਦਨਾਮ ਕਰਾਉਣ ਦੇ ਲਈ ਕੀਤੀਆਂ ਸੀ, ਕਿਉਂਕਿ ਆਮ ਸਿੱਖ ਨੂੰ ਕਿਸੇ ਆਮ ਹਿੰਦੂ ਨਾਲ ਕੀ ਵੈਰ ਹੋ ਸਕਦਾ, ਕਿਉਂ ਮਾਰਨਗੇ ਖਾੜਕੂ ਕਿਸੇ ਆਮ ਬੇਦੋਸ਼ੇ ਹਿੰਦੂ ਨੂੰ। ਜੇ ਆਮ ਲੋਕਾਂ ਨੂੰ ਆਮ ਹਿੰਦੂਆਂ ਨੂੰ ਮਾਰਨਾ ਹੀ ਹੁੰਦਾ ਤਾਂ ਫਿਰ ਨਵੰਬਰ 1984 ਵਿੱਚ ਜਦੋਂ ਦਿੱਲੀ ਦੇ ਵਿੱਚ ਐਡਾ ਭਾਰੀ ਕਤਲੇਆਮ ਹੋਇਆ ਸੀ, ਜਦੋਂ ਆਪਾਂ ਨੂੰ ਸਭ ਨੂੰ ਪਤਾ ਕਿ ਇੰਦਰਾ ਦੇ ਮਰਨ ਤੋਂ ਬਾਅਦ 5-6 ਦਿਨ ਸਿੱਖਾਂ ਦਾ ਉੱਥੇ ਕਤਲੇਆਮ ਹੋਇਆ, ਕੋਈ ਕਹਿੰਦਾ 72 ਘੰਟੇ ਖੁੱਲੀ ਛੁੱਟੀ ਦਿੱਤੀ ਗਈ, ਕੋਈ ਕੁਛ ਕਹਿੰਦਾ, ਪਰ 10 ਨਵੰਬਰ 1990 ਤੱਕ ਪੰਜਾਬ ਦੇ ਹਰ ਪਿੰਡ 'ਚ ਸਾਨੂੰ ਪਤਾ ਲੱਗ ਗਿਆ ਸੀ ਬਈ ਦਿੱਲੀ ਦੇ ਵਿੱਚ ਸਾਡੇ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਗਈ ਆ, ਸਾਡੀਆਂ ਧੀਆਂ ਭੈਣਾਂ ਨੂੰ ਬੇਪੱਤ ਕੀਤਾ ਗਿਆ, ਤੇ ਨਾਲੇ ਸਾਡੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਅੱਗਾਂ ਲਾ ਕੇ ਉਹਨਾਂ ਨੂੰ ਮਾਰਿਆ ਗਿਆ। ਜੇ ਸਿੱਖਾਂ ਨੂੰ ਸਭ ਤੋਂ ਵੱਧ ਗੁੱਸਾ ਉਸ ਮੌਕੇ ਹੀ ਆਇਆ ਹੋਣਾ ਸੀ, ਸੋ ਫਿਰ 10 ਨਵੰਬਰ ਤੋਂ ਲੈ ਕੇ ਘੱਟੋ ਘੱਟ 10 ਜਿਹੜੀ ਸੀਗੀ ਦਸੰਬਰ ਤੱਕ, ਅਗਲੇ 1 ਮਹੀਨੇ ਪੰਜਾਬ ਵਿੱਚ ਵੀ ਫਿਰ ਇਹੀ ਕੁਛ ਹੁੰਦਾ। ਪੰਜਾਬ ਵਿੱਚ ਵੀ ਮੰਦਿਰਾਂ ਦੇ ਉੱਤੇ ਹਮਲੇ ਹੁੰਦੇ, ਹਿੰਦੂ ਗ੍ਰੰਥਾਂ ਦੀ ਬੇਅਦਬੀ ਹੁੰਦੀ, ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਬੇਪੱਤ ਕੀਤਾ ਜਾਂਦਾ, ਤੇ ਹਿੰਦੂਆਂ ਦੇ ਗਲਾਂ 'ਚ ਟਾਇਰ ਪਾਏ ਜਾਂਦੇ। ਪਰ ਪੰਜਾਬ ਦੇ ਵਿੱਚ ਸਿੱਖ ਧਰਮ ਦਾ ਬੋਲਬਾਲਾ ਹੈ, ਇੱਥੇ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਜਿਹੜਾ ਫਲਸਫਾ ਹੈ ਉਹਦੇ ਵਿੱਚ ਇਹ ਚੀਜ਼ ਕਦੇ ਨਾ ਆਈ ਆ ਤੇ ਨਾ ਆ ਸਕਦੀ ਆ ਕਿ ਬੇਦੋਸ਼ੇ ਲੋਕਾਂ ਦਾ ਘਾਣ ਕਰਨਾ। ਸਾਡੀ ਕੌਮ ਦੇ ਹੀਰੋ, ਸਾਡੇ ਨੌਜਵਾਨ ਜੁਝਾਰੂਆਂ ਨੇ ਜੇ ਕਾਰਵਾਈਆਂ ਕੀਤੀਆਂ ਤਾਂ ਉਹਨਾਂ ਨੇ ਦਿੱਲੀ ਜਾ ਕੇ ਉਹ ਬੰਦੇ ਲੱਭੇ ਤੇ ਉਹਨਾਂ ਦੋਸ਼ੀਆਂ ਨੂੰ, ਉਹਨਾਂ ਪਾਪੀਆਂ ਨੂੰ ਉਹਨਾਂ ਦੇ ਕਾਲੇ ਕਾਰਨਾਮਿਆਂ ਦੀ, ਉਹਨਾਂ ਦੀਆਂ ਕਰਤੂਤਾਂ ਦੀ ਸਜ਼ਾ ਜ਼ਰੂਰ ਦਿੱਤੀ, ਪਰ ਆਮ ਕਿਸੇ ਬੇਦੋਸ਼ੇ ਨੂੰ ਨਹੀਂ ਮਾਰਿਆ। ਸੋ ਅਸੀਂ ਇਹ ਗੱਲ ਸਾਰੀ ਇਸ ਕਰਕੇ ਵਾਰ ਵਾਰ ਦੱਸਦੇ ਰਹਿੰਦੇ ਹਾਂ ਵੀ ਸਾਡੀ ਕੌਮ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜਿਸ ਦੁਸ਼ਮਣ ਨਾਲ ਤੁਹਾਡਾ ਵਾਹ ਪਿਆ ਹੋਇਆ, ਜਿਹੜਾ ਭਾਰਤੀ ਹਕੂਮਤੀ ਢਾਂਚਾ, ਇਹ ਪਹਿਲਾਂ ਵਰਗੇ ਦੁਸ਼ਮਣਾਂ ਵਰਗਾ ਨਹੀਂ ਹੈ। ਜਿਹੜੇ ਪਹਿਲਾਂ ਦੁਸ਼ਮਣ ਸਿੱਖਾਂ ਨੂੰ ਟੱਕਰੇ ਇਤਿਹਾਸ ਵਿੱਚ, ਚਾਹੇ ਉਹ ਮੁਗਲ, ਪਠਾਨ, ਗੋਰੇ, ਕਾਲੇ ਜਿਹੜੇ ਵੀ ਮਰਜ਼ੀ ਸੀ, ਉਹਨਾਂ ਨੇ ਬਹੁਤ ਜ਼ੁਲਮ ਕੀਤੇ, ਬੜੇ ਪਾਪ ਕੀਤੇ, ਚਾਹੇ ਉਹ ਸੂਬਾ ਸਰਹੰਦ ਸੀ, ਚਾਹੇ ਲਖਪਤ ਰਾਏ ਸੀ, ਚਾਹੇ ਅਬਦਾਲੀ ਸੀ, ਮੱਸਾ ਰੰਗੜ ਸੀ, ਮੀਰ ਮੰਨੋ ਸੀ,
नादर शाह सी जिन्ने भी दुश्मन टकरे है किसे ने भी घट नहीं की, पर उन्हां सारिआं नालों जेडे दुश्मन नाल अज वाह पिया सिखां दा वह बहुत खतरनाक है। पहली गल तां हिंदू सिख एकता दे लौ हेठ एक पासे तां कहिंदे आ जी साडे भरा ने सिख, दूजे पासे बुक्कल च लै के पेट दे विच छुरी मारन वाली करतूत करदे। उस तों अगे गल इह कि पहला जदों सिख लड़दे सी तां दुश्मन दा स्पष्ट नाल पता हुंदा सी, हुण उह नाले तां वीर जी करी जांदे आ नाले दुश्मनी निभाई जांदी। अगली गल इह कि पहला सारी दी सारी कौम दुश्मन नाल लड़दी सी, पर अज दे माहौल विच साडी कौम दे विचों सियासी ते पुलिस प्रशासन दे विच जां होर महकमियां दे विच जिहड़े सिख ने उहनां नूं सिखी नूं ते सिखां नूं खत्म करन लई वरत्या जा रिहा। चाहे KPS गिल सी, चाहे बेअंता बुच्चड़ सी, चाहे सरजीत सिंह बरनाला सी, चाहे स्वर्णा घोटना जां कोई होर पुलिस अफसर सी, इह सारे सिखां दे घरे जम्मे ते सिखी दीआं जड़ां वड्ढण लई स्टेट सिस्टम ने वरते। सो जिस माहौल दे विच इस वेले सिख कौम ज्यों रही आ, इह पहलां वाले माहौलां नालों बहुत ज्यादा वखरा वा ते बहुत ज्यादा औखा ते खतरनाक आ। 18वीं सदी दी जदों गल करदे आ उस मौके भी सिखां उत्ते बहुत भारी कष्ट वाला दौर सी, पर अज वाले दौर नालों मैनूं लगदा फिर भी उस मौके कुछ सुख दा कुछ आराम दा होना अज दी तरीक विच तां पता ही नहीं लगदा कि जिहड़ा दुश्मन आ उह तुहाडे ही पहरावे विच वा, तुहाडे ही वर्गा आ, आ जिहड़े सूबे सरहद वर्गे आ जे तुसीं इहनां नूं देखो तां बिलकुल इउं लगदे आ बई इह तां साडे ही परिवारां दे विचों आ, पर इन्हां सूबे सरहद वर्गिआं ने साडी कौम दा घाण करन लई दिल्ली दे एजेंट बनना मंजूर कीता। इहो जिहा हरेक थाने विच उहनां दिनां दे विच सिखां उत्ते जुल्म करदे हुंदे सी ते जदों जेलां दे विच क्योंकि साडे उत्ते मुकदमे अज वी बण बुण जांदे आ ते उत्थे जा के देखीदे ने कि आ लोक ने जिन्हां ने उहनां दिनां दे विच साडे उत्ते तशद्दद कीता, जुल्म कीता। आ जिहड़ा कुलदीप सिंह वाला मामला जिहदे च इह सजा होई आ उहदे च थानेदार झिरमल सिंह नूं 5 साल सजा होई। मैं इत्थे जिक्र करना चाहुंदा कि हरभजन मान की एक फिल्म आई सी पिछे जे गदार, जिन्हें जिन्हें वह फिल्म देखी आ उहनूं चेते होना उहदे विच एक थानेदार झिरमल सिंह का जिक्र सी ते नाल दी नाल उहदे विच अजीत सिंह संधू की कहानी सी। अज तिकर चर्चा चल रही आ कि जिहनूं खब्बू कहा जांदा सी, जिन्हें माझे दे विच बहुत वड्डे पद्धर दे उत्ते मीर मल्लू वांगू जुल्म कीते ते बाद विच रोपड़ CIA स्टाफ दे विच भी बहुत पाप कीते, उह अजीत सिंह संधू जी दे उत्ते बहुत वड्डी पद्धर दे उत्ते अणपछातियां लाशां कह के फूकण दा मामला, KPS गिल दी कमांड हेठ माझे दे विच सिख नौजवानी नूं खत्म करन दा मामला, उस अजीत सिंह संधू बारे हुण तक चर्चा चलदी आ बई उहनूं जिउंदा रख्या होया ते उहदी थां दे उत्ते 1996-97 दे विच जिहड़े बंदे नूं मरिया होया दिखाया वी उह अजीत सिंह संधू नहीं सी। इह जिहड़ा चर्चा इह पहले दिन तों ही चल रिहा, कदे कह दिंदे आ उह कनेडा देखिआ गिआ, कदे अमेरिका, कदे किसे होर थां दे उत्ते। उह सच्चाई दे उत्ते अज तिकर भावें सानूं बहुतिआं लोकां नूं पता नहीं, पर उह कल्ला नहीं, इहो जिहे होर बहुत सारे पुलिस अफसरां बारे चर्चा चलदी आ। इथों तक के कश्मीर दे विच एक इहो जिहा पुलिस अफसर जिहड़ा करनाल दे इलाके दा सी, उत्थे ब्रिगेडियर ने उह फौज दे विच सी, उहने बहुत जुल्म कीते सी, उत्थे वी लोकां दा घाण कीता सी, उहनूं पिछे जे इंडियन एस्टैबलिशमेंट ने अमेरिका दे विच उहदी घरवाली ते बच्चिआं समेत नवीं पछाण दे के उहदे नवे कागजात बना के सैट कर दिता, पर करनी रब दी उहनूं उहदे पाप जिहड़े सी लै बैठे अमेरिका दे विच। उहने नाले तां आपदी घरवाली नूं कतल कर दिता, बच्चिआं नूं गोलियां मार दित्तियां ते बाद विच आपदे आप नूं वी गोली मार ली। जदों एडी हौलनाक वारदात हो गई तां बाद विच उह सारी गल खुल गई भी इह तां उही पुलिस अधिकारी आ जिहड़ा इत्थे नवें नौ हेठ रहि रिहा सी,
ਜਿਹੜਾ ਕਸ਼ਮੀਰ ਦੇ ਵਿੱਚ ਉੱਥੋਂ ਦੇ ਲੋਕਾਂ ਦੇ ਉੱਤੇ ਜ਼ੁਲਮ ਕਰਕੇ ਭੱਜਿਆ ਹੋਇਆ ਤੇ ਭਾਰਤ ਵਿੱਚ ਅਦਾਲਤਾਂ ਦੇ ਵਿੱਚ ਇਹਦੀ ਲੋੜ ਆ। ਇਹੋ ਜਿਹੇ ਮਾਮਲੇ ਹੋਰ ਵੀ ਬਥੇਰੇ ਹੋਣਗੇ ਜਿਨ੍ਹਾਂ ਦੇ ਵਿੱਚ ਅੱਡ ਅੱਡ ਮੌਕਿਆਂ ਦੇ ਉੱਤੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮਾਰੇ ਗਏ ਆ ਉਸ ਦੌਰ ਵਿੱਚ, ਉਹ ਵਿਚਾਰੇ ਫੋਟੋਆਂ ਪੋਸਟ ਕਰਦੇ ਰਹਿੰਦੇ ਆ ਸੋਸ਼ਲ ਮੀਡੀਆ ਦੇ ਉੱਤੇ ਕਿ ਭਾਈ ਆਹ ਪੁਲਿਸ ਅਫਸਰ ਜਿਹੜਾ ਇਹਨੇ ਸਾਡੇ ਟੱਬਰ ਦਾ ਘਾਣ ਕੀਤਾ, ਸਾਡਾ ਪੁੱਤ ਮਾਰਿਆ, ਸਾਡਾ ਭਰਾ ਮਾਰਿਆ, ਜੇ ਕਿਸੇ ਨੇ ਦੇਖਿਆ ਹੋਵੇ। ਆ ਅਜੀਤ ਸਿੰਘ ਸੰਧੂ ਦੀ ਗੱਲ ਇਸ ਕਰਕੇ ਛਿੜੀ ਆ ਕਿਉਂਕਿ ਜਿਹੜਾ ਸੂਬਾ ਸਰਹੰਦ ਕਹਾਉਣ ਵਾਲਾ ਇਹ ਬੁੱਚੜ ਪੁਲਿਸ ਆ, ਇਹ ਇਸੇ ਇਲਾਕੇ ਵਿੱਚ ਅਜੀਤ ਸਿੰਘ ਸੰਧੂ ਦੇ ਵਾਂਗੂ ਹੀ ਉਹਦੇ ਅਧੀਨ ਚੱਲ ਕੇ ਕੰਮ ਕਰਦਾ ਹੁੰਦਾ ਸੀ। ਤੇ ਜਿਹੜਾ ਥਾਣੇਦਾਰ ਝਰਮਲ ਸਿੰਘ ਆ, ਬੇਸ਼ੱਕ ਇਸ ਮਾਮਲੇ ਵਿੱਚ ਉਹਦੀ ਚਰਚਾ ਆਈ ਆ, ਪਰ ਜਿਹੜੀ ਹਰਭਜਨ ਮਾਨ ਨੇ ਗਦਾਰ ਫਿਲਮ ਸੀਗੀ ਬਣਾਈ ਉਹਦੇ ਵਿੱਚ ਵੀ ਇਸ ਥਾਣੇਦਾਰ ਦਾ ਜ਼ਿਕਰ ਆਇਆ ਸੀ। ਤੇ ਅਜੀਤ ਸਿੰਘ ਸੰਧੂ ਦੀ ਕਹਾਣੀ ਤੇ ਹੋਰ ਬਹੁਤ ਸਾਰੇ ਪਾਪਾਂ ਦੀ, ਜ਼ੁਲਮਾਂ ਦੀ, ਜਬਰਾਂ ਦੀ ਦਾਸਤਾਨ ਉਸ ਫਿਲਮ ਦੇ ਵਿੱਚ ਬਿਆਨ ਕੀਤੀ ਗਈ ਸੀ। ਜਦੋਂ ਜਦੋਂ ਵੀ ਸਿੱਖ ਨੌਜਵਾਨਾਂ ਦੇ ਕਾਤਲ ਪੁਲਸੀਆਂ ਦੀ ਚਰਚਾ ਛਿੜਦੀ ਆ, ਉਦੋਂ ਇਹ ਜਿਹੜੀਆਂ ਕੁਛ ਇਹੋ ਜਿਹੀਆਂ ਫਿਲਮਾਂ ਬਣੀਆਂ, ਭਾਵੇਂ ਇਹਨਾਂ ਚ ਬਹੁਤ ਸਾਰਾ ਕੁਛ ਤਾਂ ਦਿਖਾਇਆ ਨਹੀਂ ਜਾ ਸਕਦਾ ਹੁੰਦਾ ਕਿਉਂਕਿ ਭਾਰਤ ਦੇ ਸੈਂਸਰ ਬੋਰਡ ਦੀ ਵੀ ਸਮੱਸਿਆ। ਇਹਨਾਂ ਦਿਨਾਂ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਤੇ ਇੱਕ ਫਿਲਮ ਬਣੀ ਆ ਜਿਹਨੂੰ ਸੈਂਸਰ ਬੋਰਡ ਪ੍ਰਵਾਨਗੀ ਨਹੀਂ ਦੇ ਰਿਹਾ। ਹਾਂ, ਇੱਥੇ ਜੇ ਚਮਕੀਲੇ ਉੱਤੇ ਫਿਲਮ ਬਣਾਓ, ਕੋਈ ਅਸੱਭਿਅਕ ਅਸ਼ਲੀਲ ਤੇ ਮਾੜੇ ਵਿਸ਼ੇ ਉੱਤੇ ਫਿਲਮ ਬਣਾਓ, ਉਹਦਾ ਤੁਹਾਨੂੰ ਮਨਜ਼ੂਰੀ ਮਿਲ ਜੂਗੀ ਵੀ ਮਿੰਟੋ ਮਿੰਟ ਹੀ ਤੁਸੀਂ ਦੁਨੀਆਂ ਨੂੰ ਦਿਖਾਓ। ਪਰ ਜੇ ਤੁਸੀਂ ਕੋਈ ਹਾਂ ਪੱਖੀ ਚੀਜ਼ ਦਿਖਾਉਣੀ ਆ, ਉਹ ਨਹੀਂ। ਇੱਕ ਪਾਸੇ ਸਾਰੀ ਕੌਮ ਜਿਹੜੀ ਆ ਦੁਨੀਆਂ ਸਲਾਮਾ ਕਰਦੀ ਆ ਕਿ ਭਾਈ ਜਸਵੰਤ ਸਿੰਘ ਖਾਲੜੇ ਨੇ ਭਾਰਤੀ ਹਕੂਮਤੀ ਸਿਸਟਮ ਦੇ ਜ਼ੁਲਮ ਨੂੰ ਦੁਨੀਆਂ ਚ ਨੰਗਾ ਕੀਤਾ ਤੇ ਇਹ ਦੱਸਿਆ ਕਿ ਕਿਵੇਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਲੋਕਾਂ ਦੇ ਪੁੱਤ ਮਾਰ ਮਾਰ ਕੇ ਗਾਇਬ ਕੀਤੇ ਗਏ। ਦੂਜੇ ਪਾਸੇ ਇਸ ਮੁਲਕ ਦਾ ਸੈਂਸਰ ਬੋਰਡ, ਪੂਰਾ ਹਕੂਮਤੀ ਸਿਸਟਮ ਉਸ ਫਿਲਮ ਦੇ ਖਿਲਾਫ ਡਟਿਆ ਹੋਇਆ ਕਿ ਉਹ ਫਿਲਮ ਜਿਹੜੀ ਆ ਉਹ ਲੋਕਾਂ ਦੇ ਵਿੱਚ ਆਉਣ ਨਹੀਂ ਦੇਣੀ। ਇੱਕ ਪਾਸੇ ਉਦੋਂ ਸਾਡੀ ਕੌਮ ਦਾ ਘਾਣ ਹੋਇਆ, ਦੂਜੇ ਪਾਸੇ ਪੰਜਾਬ ਨੂੰ ਲੁੱਟਣ ਦੇ ਲਈ ਤੇ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਬਣਾਉਣ ਦੇ ਲਈ ਯਤਨ ਹੋ ਰਹੇ ਨੇ ਕਿ ਹਰੇਕ ਬੰਦਾ ਇੱਥੋਂ ਭੱਜ ਜਾਵੇ, ਜ਼ਮੀਨਾਂ ਵੇਚ ਜਾਵੇ। ਇਹਨਾਂ ਦਿਨਾਂ ਦੇ ਵਿੱਚ ਅੱਡ ਅੱਡ ਮੋਰਚੇ ਲੱਗੇ ਹੋਏ ਨੇ, ਜਿਹਦੀ ਗੱਲ ਆਪਾਂ ਪਿਛਲੇ ਦਿਨਾਂ ਪ੍ਰੋਗਰਾਮਾਂ ਚ ਵੀ ਕੀਤੀ ਆ। ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਲੁੱਟਿਆ ਪੰਜਾਬ ਦਾ, ਉਹ ਨਹਿਰਾਂ ਸੂਲੇ ਨਹਿਰਾਂ ਪੱਕੀਆਂ ਕੀਤੀਆਂ ਜਾ ਰਹੀਆਂ, ਜਿਹਦੇ ਖਿਲਾਫ ਮੋਰਚਾ ਪੂਰਾ ਭਖਿਆ ਹੋਇਆ। ਬੇਸ਼ੱਕ ਪਿਛਲੇ ਦਿਨਾਂ ਦੇ ਵਿੱਚ ਕੱਲ ਰਾਤ ਬਹੁਤ ਜ਼ਿਆਦਾ ਮਾਹੌਲ ਖਰਾਬ ਹੋਇਆ, ਮੌਸਮ ਖਰਾਬ ਹੋਣ ਕਰਕੇ ਮੀਂਹ ਕਣੀ ਦਾ ਬਣਿਆ ਹੋਇਆ ਤੇ ਠੰਡ ਵੀ ਵਧੀ ਆ, ਪਰ ਫਿਰ ਵੀ ਸਿੱਖ ਤੇ ਪੰਜਾਬ ਦੇ ਲੋਕ ਇਹੋ ਜਿਹੇ ਝੱਖੜ ਝਮੇਲਿਆਂ ਦੇ ਸਾਹਮਣੇ ਡਟਣਾ ਆਪਦਾ ਫਰਜ਼ ਸਮਝਦੇ ਆ। ਸੋ ਫਰੀਦਕੋਟ ਇਲਾਕੇ ਦੇ ਵਿੱਚ ਜਿਹੜੇ ਸਿੱਖ ਜਾਂ ਪੰਜਾਬ ਦੇ ਲੋਕ ਇਹਨਾਂ ਨਹਿਰਾਂ ਦੇ ਖਿਲਾਫ ਡਟੇ ਆ, ਇਹ ਲੜਾਈ ਸੌਖੀ ਨਹੀਂ। ਇੱਕ ਪਾਸੇ ਭਾਰਤੀ ਹਕੂਮਤ ਨੇ ਪੂਰਾ ਜ਼ੋਰ ਲਾਇਆ ਹੋਇਆ ਕਿ ਹਰ ਹਰਬਾ ਵਰਤ ਕੇ ਪੰਜਾਬ ਦੇ ਪਾਣੀ ਲੁੱਟਣੇ ਆ, ਦੂਜੇ ਪਾਸੇ ਆਮ ਜੇ ਲੋਕ, ਤੇ ਮੈਂ ਦੇਖਦਿਆ ਸੀਗਾ ਕਿ ਉੱਥੇ ਜਿਹੜੇ ਸਾਡੇ ਲੱਖੇ ਸਿਧਾਣੇ ਹੋਣੀ ਜਾਂ ਅਜੇਪਾਲ ਬਰਾੜ ਹੋਣੀ ਜਾਂ ਸੇਖੋਂ ਦਵਿੰਦਰ ਹੋਣੀ, ਇਹ ਸਾਰੇ ਉੱਥੇ ਉਸ ਮੋਰਚੇ ਦੇ ਵਿੱਚ ਡਟੇ ਹੋਏ ਨੇ। ਅਮਿਤੋਜ ਮਾਨ ਜਿਹੜਾ ਬਾਬੂ ਸਿੰਘ ਮਾਨ ਦਾ ਬੇਟਾ ਹੈ, ਉਹ ਵੀ ਉੱਥੇ ਪਹੁੰਚਿਆ ਹੋਇਆ, ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ। ਇਹ ਸਾਰਿਆਂ ਨੂੰ ਕਿਵੇਂ ਡਰਾਉਣ ਧਮਕਾਉਣ ਦੇ ਲਈ ਪੁਲਿਸ ਅਫਸਰ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਲੱਗੇ ਹੋਏ ਨੇ, ਹਾਲਾਂਕਿ ਉਹ ਪੰਜਾਬ ਦੇ ਅਫਸਰ ਨੇ। ਪਰ ਮੈਂ ਅੱਗੇ ਵੀ ਕਈ ਵਾਰੀ ਕਹਿੰਦਾ ਹੁੰਦਾ, ਕਈ ਇੱਥੇ ਮਤਾਂ ਦਿੰਦੇ ਹੁੰਦੇ ਨੇ ਕਿ ਜੀ ਆਪਦੇ ਨਿਆਣਿਆਂ ਨੂੰ ਪੜ੍ਹਾਓ, IAS IPS ਬਣਾਓ, ਉਹ ਫਿਰ ਸਿਸਟਮ ਦੇ ਵਿੱਚ ਬਣਨਗੇ, ਤੁਹਾਡੇ ਕੌਮ ਦੇ ਕੰਮ ਆਉਣਗੇ। ਮੈਂ ਇਹ ਕਹਿੰਦਾ ਹੁੰਦਾ ਕਿ ਮੈਨੂੰ ਤਾਂ ਪਿਛਲੇ ਦੌਰ ਵਿੱਚ ਅੱਜ ਤੱਕ 50 ਸਾਲ ਦੀ ਉਮਰ ਹੋ ਗਈ, ਮੈਨੂੰ ਤਾਂ ਕੋਈ IPS ਜਾਂ IAS ਲੱਭਿਆ ਨਹੀਂ ਜਿਹੜਾ ਆਪਦੇ ਪੰਜਾਬ ਪ੍ਰਤੀ ਫਰਜ਼ ਪਛਾਣਦਾ ਹੋਵੇ। ਜੋ ਕੁਝ ਇੰਡੀਅਨ ਸਟੇਟ ਸਿੱਖੀ ਅਤੇ ਪੰਜਾਬ ਦੇ ਖਿਲਾਫ 1947 ਤੋਂ ਕਰ ਰਹੀ ਹੈ, ਜੋ ਧੱਕਾ ਹੋ ਰਿਹਾ, ਜੋ ਜ਼ੁਲਮ ਹੋ ਰਿਹਾ, ਉਹਨੂੰ ਲਾਗੂ ਕਰਨ ਕਰਾਉਣ ਦੇ ਲਈ ਇਹ ਜਿਹੜੇ ਅਫਸਰ ਨੇ ਪੰਜਾਬ ਦੇ ਇਹੀ ਜ਼ਿੰਮੇਵਾਰ ਨੇ। ਜਿਹੜੇ ਦਿੱਲੀ ਤੋਂ ਹੁਕਮ ਆਉਂਦੇ ਆ
ਜਿਨ੍ਹਾਂ ਨੂੰ ਪੰਜਾਬ ਦੇ ਪੋਲੀਟੀਕਲ ਜਿਹੜੇ ਸਾਡੇ ਲੀਡਰ ਨੇ ਮੰਤਰੀ ਸੰਤਰੀ ਇਹ ਜਦੋਂ ਹੇਠਾਂ ਆਗੂ ਹੇਠਾਂ ਹੁਕਮ ਜਾਰੀ ਕਰਦੇ ਆ ਤਾਂ ਕਦੇ ਆਪਾਂ ਸੁਣਿਆ ਵੀ ਕਿਸੇ ਡੀਸੀ ਨੇ ਕਿਸੇ ਐਸਐਸਪੀ ਨੇ ਕਿਸੇ ਥਾਣੇਦਾਰ ਨੇ ਕਿਹਾ ਹੋਵੇ ਵੀ ਇਹ ਕੰਮ ਸਾਤੋਂ ਕਾਹਤੋਂ ਕਰਾਉਂਦੇ ਹੋ? ਨਹੀਂ ਕਿਹਾ ਕਦੇ, ਕੋਈ ਵਿਰਲਾ ਹੀ ਮਾਮਲਾ ਹੋਣਾ। ਕੁਛ ਅਫਸਰ ਆ ਜਿਵੇਂ ਡੀਸੀ ਸੀ ਗੁਰਦੇਵ ਸਿੰਘ ਜਿਹਨੇ 1984 ਮੌਕੇ ਜਦੋਂ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਚੱਲੀ ਉਹਨੇ ਨਾ ਕਰ ਦਿੱਤੀ। ਇਹੋ ਜਿਹਾ ਕੁਛ ਵਿਰਲੇ ਅਫਸਰ ਇੱਕ ਅੱਧਾ, ਜਾਂ ਸਾਡੇ ਕੋਲੇ ਜਨਰਲ ਲਾਭ ਸਿੰਘ ਆ ਜਿਹੜਾ ਪੁਲਿਸ ਵਿੱਚ ਸੀ, ਜਿਹਨੇ ਜਦੋਂ ਦੇਖਿਆ ਬਈ ਸਿੱਖਾਂ ਦਾ ਘਾਣ ਕਰਨ ਕਰਾਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਉਹਨੇ ਇਸ ਪੁਲਿਸ ਲਾਈਨ ਨੂੰ ਛੱਡ ਦਿੱਤਾ। ਬਹੁਤ ਘੱਟ ਕਦੇ ਮੌਕਾ ਹੁੰਦਾ। ਇਹਨਾਂ ਦਿਨਾਂ ਦੇ ਵਿੱਚ ਇੱਕ ਥਾਣੇਦਾਰ ਸਤਪਾਲ ਸਿੰਘ ਦੇ ਚਰਚੇ ਆ ਜਿਹਨੇ ਭਾਈ ਗੁਰਦੇਵ ਸਿੰਘ ਕੌਂਕੇ ਦਾ ਕਤਲ ਵੀ ਦੇਖਿਆ ਤੇ ਜਿਹਨੇ ਬਰਗਾੜੀ ਵਾਲਾ ਬਹਿਬਲ ਕਾਂਡ ਵਾਲਾ ਪ੍ਰਸੰਗ ਦੇਖ ਕੇ ਹੁਣ ਉਹਨੇ ਆਪਦੇ ਆਪ ਨੂੰ ਸਾਰੀ ਗੱਲ ਤੋਂ ਵੱਖਰਾ ਕਰ ਲਿਆ ਤੇ ਪੰਥਕ ਸਫਾ ਦੇ ਵਿੱਚ ਉਹਨੂੰ ਸਟੇਜਾਂ ਤੋਂ ਵੀ ਬੁਲਾਇਆ ਜਾ ਰਿਹਾ। ਪਰ ਜਿਹੜੇ ਲੋਕ ਮਤਾਂ ਦਿੰਦੇ ਆ ਵੀ IAS IPS ਬਣੋ, ਉਹ ਦੱਸਣ ਵੀ ਆ ਜਿਹੜਾ ਪੰਜਾਬ ਦਾ ਪਾਣੀ ਲੁੱਟਣ ਦੀ ਸਕੀਮ ਚੱਲ ਰਹੀ ਹੈ ਤੇ ਉੱਥੇ ਜਾ ਕੇ ਜਿਹੜੇ ਉੱਥੇ ਧਰਨਾ ਦੇ ਰਹੇ ਲੋਕ ਨੇ ਉਹਨਾਂ ਨੂੰ ਦਬਕੇ ਮਾਰਦੇ ਆ, ਉਹਨਾਂ ਨੂੰ ਉੱਥੋਂ ਭਜਾਉਣ ਦੀਆਂ ਸਕੀਮਾਂ ਬਣਾਉਂਦੇ ਆ, ਉਹ ਸੂਬਾ ਸਰਹੰਦ ਲਾਉਂਦੇ ਆ, ਇਸ ਬੁੱਚੜ ਪੁਲਸੀ ਨਾਲੋਂ ਘੱਟ ਨੇ, ਉਹਨਾਂ ਨੂੰ ਨੀ ਦੇਖਦਾ ਹੈਗਾ ਕਿ ਪੰਜਾਬ ਨੂੰ ਬੰਜਰ ਬਣਾਇਆ ਜਾ ਰਿਹਾ? ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਇੱਥੇ ਬੜੇ ਲੋਕ ਸਪਸ਼ਟਤਾ ਨਾਲੇ ਗੱਲ ਦੱਸ ਰਹੇ ਨੇ ਕਿ ਪਹਿਲਾਂ ਤਾਂ ਉਹ ਇਹੋ ਜਿਹਾ ਮਾਹੌਲ ਬਣਾਉਣਗੇ ਕਿ ਹਰੇਕ ਬੰਦਾ ਆਪਦੀ ਜ਼ਮੀਨ ਜਾਇਦਾਦ ਵੇਚ ਦੇਵੇ ਵੀ ਪਾਣੀ ਤਾਂ ਹੈ ਨੀ, ਖੇਤੀ ਇੰਨੀ ਮਹਿੰਗੀ ਹੋ ਗਈ ਤੇ ਉਹਨਾਂ ਦੀਆਂ ਜ਼ਮੀਨਾਂ ਮਹਿੰਗੇ ਤੋਂ ਮਹਿੰਗੇ ਭਾਅ ਦੇ ਉੱਤੇ ਖਰੀਦੀਆਂ ਜਾਣਗੀਆਂ। ਪਿਛਲੇ ਦਿਨੀ ਵੀ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਕਹਿੰਦੇ ਆ ਨਾ ਵੀ 1 ਕਰੋੜ ਦਾ ਕਿੱਲਾ ਹੋ ਗਿਆ, 1 ਕਰੋੜ ਦਾ ਨਹੀਂ ਇਹ 5-5 ਕਰੋੜ ਦਾ ਵੀ ਤੋਂ ਕਿੱਲਾ ਲੈ ਲਿਆ ਜਾਣ, ਤੇ ਜਦੋਂ ਤੁਸੀਂ ਜ਼ਮੀਨਾਂ ਗਵਾ ਲਈਆਂ ਵੇਚ ਲਈਆਂ ਉਦੋਂ ਫਿਰ ਇੱਥੇ ਪਾਣੀ ਵੀ ਲੈ ਆਉਣਗੇ, ਉਦੋਂ ਇਸ ਖਿੱਤੇ ਦੇ ਵਿੱਚ ਸਾਰੀਆਂ ਸਹੂਲਤਾਂ ਵੀ ਖੇਤੀ ਨੂੰ ਮਿਲਣ ਲੱਗ ਜਾਣਗੀਆਂ। ਕਿਉਂਕਿ ਜਿਹੜਾ ਆਪਾਂ ਮੋਦੀ ਸਰਕਾਰ ਦੇ ਉਸ 3 ਕਾਲੇ ਕਾਨੂੰਨਾਂ ਦਾ ਮੁਖਾਲਫਤ ਕਰਕੇ ਵਿਰੋਧ ਕਰਕੇ ਉਹ ਕਾਨੂੰਨ ਤਾਂ ਰੱਦ ਕਰਵਾ ਲਏ, ਪਰ ਉਹਨਾਂ ਨੇ ਵਿਥਿਆ ਹੋਇਆ ਕਿ ਹਰ ਸੰਭਵ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਜ਼ਮੀਨਾਂ ਤੋਂ ਰਹਿਤ ਕਰਨਾ, ਇਹਨਾਂ ਨੂੰ ਇੱਕ ਵਾਰੀ ਮਾਹੌਲ ਇਹੋ ਜਿਹਾ ਬਣਾਓ ਕਿ ਹਰੇਕ ਬੰਦਾ ਆਪਣੇ ਆਪ ਕਹਿੰਦਾ ਫਿਰੇ ਕਿ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ, ਤੇ ਇਹੀ ਆਪਾਂ ਦੇਖ ਰਹੇ ਹਾਂ। ਹਰੇਕ ਬੰਦਾ ਪੰਜਾਬ ਤੋਂ ਭੱਜਣ ਲਈ ਕਾਹਲਾ, ਇੱਥੇ ਇਨਸਿਕਿਉਰਿਟੀ ਇੰਨੀ ਕਰਤੀ। ਆ ਇੱਕ ਬੜੀ ਹੌਲਨਾਕ ਖਬਰ ਆ, 6 ਸਾਲ ਦਾ ਨਿਆਣਾ ਭੋਰਾ ਭਰ ਬੱਚਾ, ਉਹ ਬੱਚਿਆਂ ਨਾਲ ਖੇਡਦਾ ਹੋਣਾ ਤੇ ਉਹਨੂੰ ਮਾਨਸਾ ਇਲਾਕੇ ਦੇ ਵਿੱਚ ਜਿੱਥੇ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਸੀ, ਜਿੱਥੇ ਇਹਨਾਂ ਦਿਨਾਂ ਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਦਿਹਾੜਾ ਜਿਹੜਾ ਉਹ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਉਹਦੇ ਕੋਲੇ ਹੀ ਪਿੰਡ ਵਾ ਕੋਟਲਾ ਸ਼ਹਿਰ ਜਾਂ ਕੋਟਲੀ ਉਹਦਾ ਨਾਂ ਆ, ਉਸ ਭੋਰਾ ਭਰ ਨਿਆਣੇ ਨੂੰ ਜਿਹਨੂੰ ਇਹ ਵੀ ਨੀ ਪਤਾ ਵੀ ਮੈਂ ਕੌਣ ਆ ਜਾਂ ਕਿਹਨਾਂ ਦਾ, ਜਿਹੜਾ ਸਾਹਮਣੇ ਬੈਠਾ ਜਿਹੜਾ ਮੇਰੇ ਵੱਲ ਬੰਦੂਕ ਰਫਲ ਕਰ ਰਿਹਾ ਇਹਦਾ ਮੇਰੇ ਨਾਲ ਰੌਲਾ ਕੀ ਆ, ਉਸ 6 ਸਾਲ ਦੇ ਨਿਆਣੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਉਸ ਗੱਲ ਨੇ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਬਹੁਤ ਅਸਰ ਪਾਇਆ ਬਈ ਕਹਿਣ ਵਾਲੀ ਕੋਈ ਗੱਲ ਨਹੀਂ ਰਹੀ। ਜਿਸ ਪੰਜਾਬ ਦੇ ਵਿੱਚ ਲਾਰਸ ਬਿਸ਼ਨੋਈ ਵਰਗੇ ਬਦਮਾਸ਼ ਅੰਦਰੋਂ ਬੈਠ ਕੇ ਲਾਈਵ ਹੋ ਰਹੇ ਹੋਣ ਤੇ ਜਿਸ ਪੰਜਾਬ ਦੇ ਵਿੱਚ ਬਲਾਤਕਾਰ ਦੇ ਦੋਸ਼ਾਂ ਵਿੱਚ ਜੇਲ੍ਹਾਂ ਵਿੱਚ ਕੈਦਾਂ ਭੁਗਤਣ ਵਾਲੇ ਡੇਰਾ ਸਰਸਾ ਦੇ ਮੁਖੀ ਆ ਕੇ ਇੱਥੇ ਲੋਕਾਂ ਨੂੰ ਮਤਾਂ ਦੇ ਰਹੇ ਹੋਣ ਕਿ ਧਰਮ ਦੇ ਉੱਤੇ ਚੱਲੋ, ਇਸ ਪੰਜਾਬ ਦੇ ਵਿੱਚ ਜਿੱਥੇ ਹਰੇਕ ਸਿੱਖ ਪਰਿਵਾਰ ਨੂੰ ਡਰਾਇਆ ਜਾ ਰਿਹਾ ਹੋਵੇ ਤੇ ਹਰੇਕ ਮਾਪਾ ਇਸ ਗੱਲੋਂ ਘਬਰਾਇਆ ਪਿਆ ਹੋਵੇ ਕਿ ਕਿਤੇ ਸਾਡਾ ਵੀ ਬੱਚਾ ਨਸ਼ਾ ਨਾ ਕਰਨ ਲੱਗ ਪਵੇ, ਜਿੱਥੇ ਹਰ ਚੜ੍ਹਦੀ ਸਵੇਰ ਇਹ ਖਬਰਾਂ ਆਉਂਦੀਆਂ ਨੇ ਕਿ ਅੱਜ 5 ਜਾਣੇ ਨਸ਼ੇ ਦੀ ਓਵਰਡੋਸ ਕਰਕੇ ਮਰ ਗਏ, ਅੱਜ 10 ਜਾਣੇ ਨਸ਼ੇ ਦੀ ਓਵਰਡੋਸ ਕਰਕੇ ਮਰ ਗਏ। ਇਸ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਇੱਕ ਬਹੁਤ ਖਤਰਨਾਕ ਲੜਾਈ ਲੜ ਰਹੇ, ਕੋਈ ਦਰਿਆਈ ਪਾਣੀਆਂ ਦੀ ਕੱਲਿਆਂ ਦੀ ਲੜਾਈ ਨਹੀਂ, ਕੋਈ ਇਹ ਨਹੀਂ ਵੀ ਚੰਡੀਗੜ੍ਹ ਪੰਜਾਬ ਤੋਂ ਖੋਇਆ ਜਾ ਰਿਹਾ, ਕੋਈ ਇਹ ਨਹੀਂ ਕਿ ਜੀ ਪੰਜਾਬ ਨੂੰ ਬੰਜਰ ਬਣਾਇਆ ਜਾ ਰਿਹਾ। ਇੱਥੇ ਇੱਕ ਬੰਦਾ ਆਪਣੇ ਆਪ ਨੂੰ ਸਰਵਾਈਵ ਕਰਨ ਦੇ ਲਈ
हर पल एक लड़ाई एक जंग लड़ रहा जिदे ओनू यह नहीं समझ लगती कि सब तो पहला पहल केड़ी गल नू दिती जावे। इस तरीके नाल इत्थे जिहड़ा ये माहौल जिस मुल्क दे सिस्टम ने बनाया उहदे बारे सानू मतां इह दित्तियां जा रही ने कि जी मेरा देश महान ते जी इस मुल्क की इज्जत करो इस सिस्टम दे विच आपदा भरोसा जिहड़ा हैगा उह दिखाओ। पर अफसोस की गल यह है कि साडी कौम की जिहड़ी धार्मिक सियासी समाजिक लीडरशिप आ ਉਹ ਬਿਲਕੁਲ ਦੁਸ਼ਮਣ ਦੇ ਹੱਥ ਵਿੱਚ ਭੁਗਤ ਰਹੀ ਹੈ। ਉਹਨਾਂ ਨੂੰ ਇਹ ਫਿਕਰ ਨਹੀਂ ਕਿ ਪੰਜਾਬ ਖਤਮ ਹੋ ਰਿਹਾ ਪੰਥ ਖਤਮ ਹੋ ਰਿਹਾ, ਉਹਨਾਂ ਨੂੰ ਆਪਦੀਆਂ ਰੋਟੀਆਂ ਦਾ ਫਿਕਰ ਆ ਕਿ ਸਾਡਾ ਕਿਤੇ ਬਾਲਾ ਸਰ ਫਾਰਮ ਨਾ ਪੈ ਜਾਵੇ। ਖੈਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਤਾਂ ਇਹੀ ਮਤ ਦਿੱਤੀ ਆ ਵੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ, ਪੰਜਾਬ ਦੇ ਲੋਕ ਸਦੀਆਂ ਤੋਂ ਆਪਦੀ ਅਣਖ ਗੈਰਤ ਤੇ ਸਦੇ ਮਾਣ ਦੀ ਆਜ਼ਾਦੀ ਦੀ ਲੜਾਈ ਜਿਹੜੀ ਆ ਉਹ ਲੜਦੇ ਆ ਰਹੇ ਨੇ ਤੇ ਅੱਜ ਵੀ ਉਹ ਲੜਾਈ ਜਿਹੜੀ ਆ ਉਹ ਜਾਰੀ ਆ। ਇਸ ਸੂਬਾ ਸਰਹੰਦ ਜਾਂ ਹੋਰ ਬੁੱਚੜ ਪੁਲਸੀਆਂ ਦੇ ਖਿਲਾਫ ਲੜਨਾ, ਇਸ ਮੁਲਕ ਦੇ ਗੰਦੇ ਸਿਸਟਮ ਦੇ ਖਿਲਾਫ ਲੜਨਾ ਇਹ ਪੰਜਾਬ ਦੇ ਲੋਕਾਂ ਦਾ ਅਹਿਦ ਆ। ਇਹ ਜੰਗ ਜਾਰੀ ਰਹੂਗੀ ਜਦੋਂ ਤਿਕਰ ਧਰਤੀ ਆ ਤੇ ਧਰਤੀ ਉੱਤੇ ਸਿੱਖ ਆ, ਉਦੋਂ ਤਿਕਰ ਇਹ ਜੰਗ ਜਦੋਂ ਤਿਕਰ ਅਸੀਂ ਜਿੱਤ ਨਹੀਂ ਜਾਂਦੇ, ਜਦੋਂ ਤਿਕਰ ਖਾਲਿਸਤਾਨ ਕਾਇਮ ਨਹੀਂ ਹੋ ਜਾਂਦਾ ਤੇ ਜਦੋਂ ਤਿਕਰ ਦੁਨੀਆਂ ਦੇ ਹੋਰਨਾਂ ਮੁਲਕਾਂ ਦੇ ਵਿਚਾਲੇ UNO ਦੇ ਵਿੱਚ ਖਾਲਿਸਤਾਨੀ ਝੰਡਾ ਨਹੀਂ ਝੂਲਦਾ ਉਦੋਂ ਤਿਕਰ ਇਹ ਜੰਗ ਜਾਰੀ ਹੋਊਗੀ। ਸੋ ਅੱਜ ਲਈ ਇੰਨਾ ਹੀ ਕਾਫੀ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।